जी बिस्मिल्लाह रहमान रहीम। अस्सलाम वालेकुम दोस्तों, मैं यासर मलक ते हाजिर होया पंजाबी सकाफत पंजाबी विरसे दे नाल जुड़े एक प्रोग्राम दे नाल। दोस्तों आ गुड़ बन रहा सी ते आ साडे नाल पंजाबी वीर है ते ये गुड़ बना रहे सी। मैं क्या क्यों ना तुहाडे नाल एक गुड़ बनाउण दी जिहड़ी पंजाब दी एक सकाफत नूं सांझा कीता जावे। आओ फिर इन्हां दोस्तां नाल गलबात करदे आ और इन्हां को पुछदे आ कि गुड़ ਕਿਵੇਂ ਤਿਆਰ ਕੀਤਾ ਜਾਂਦਾ ਵਾ ਔਰ ਕਮਾਦ ਦੀ ਕਿਹੜੀ ਕਿਹੜੀ ਨਸਲ ਆ ਜਿਹਨੂੰ ਕਾਸ਼ਤ ਕੀਤਾ ਜਾਂਦਾ ਇਸ ਪੰਜਾਬ 'ਚ। ਅਸਲਾਮ ਵਾਲੇਕਮ ਜੀ। ਵਾਲੇਕਮ ਸਲਾਮ। ਅੱਛਾ ਕੀ ਨਾਂ ਕੀ ਆਪਣਾ ਜੀ? ਖਾਲਦ ਮਹਿਮੂਦ। ਖਾਲਦ ਮਹਿਮੂਦ, ਤੁਸੀਂ ਗੁੜ ਬਣਾ ਰਹੇ ਸਰ ਹੁਣ? ਹਾਂਜੀ। ਇਹ ਗੰਨਾ ਕਿਹੜੀ ਨਸਲ ਆ ਗੰਨੇ ਦੀ? ਇਹ 213 633 ਦੀ 240 240 ਹਾਂਜੀ। ਪਾਕਿਸਤਾਨ ਜਿਹੜੇ ਪੰਜਾਬ ਦੇ ਵਿੱਚ ਆਪਣੇ ਜੜਾਂ ਵਾਲੀ ਸਾਈਡ ਤੇ ਕਿਹੜੀ ਕਾਸ਼ਤ ਜਿਹੜੀ ਸਹੀ ਰਹਿੰਦੀ ਗੰਨੇ ਦੀ? ਇੱਥੇ ਝੰਗਨਾਹਠ ਅਤੇ 77400 633 ਜੀ ਟਾਪ ਕਲਾਸ ਆ ਜਿਹੜੀ ਪੀੜਨ ਵਾਸਤੇ ਗੁੜ ਬਣਾਉਣ ਵਾਸਤੇ। ਇੱਕ ਪੱਤ ਕਿੰਨੇ ਮਣ ਗੰਨੇ 'ਚੋਂ ਨਿਕਲ ਆਉਂਦੀ? ਇਹ ਇੱਕ ਪੱਤ 4 ਮਣ ਗੰਨੇ 'ਚ ਨਿਕਲਦੀ। 4 ਮਣ ਗੰਨਾ ਹੋਵੇ ਅਤੇ ਇੱਕ ਪੱਤ ਨਿਕਲ ਜਾਂਦੀ ਅਤੇ ਜ਼ਿਮੀਦਾਰ ਨੂੰ ਇੱਕ ਪੱਤ 'ਚੋਂ ਕਿੰਨੇ ਪੈਸੇ ਬਚ ਜਾਂਦੇ? ਇਹ 15 ਕਿਲੋ ਗੁੜ ਬਣਦਾ ਜੀ ਇੱਕ ਪੱਤ। ਅਤੇ ਕੀ ਰੇਟ ਕੀ ਮਣਦਾ ਅੱਜ ਕੱਲ੍ਹ ਗੁੜ ਦਾ? ਇਹ ਮੁਖਤਲਿਫ ਰੇਟ ਹੁੰਦੇ ਆ, ਕਦੀ ਤੇਜ਼ ਹੋ ਜਾਂਦਾ ਮੰਡੀ ਦੇ ਹਿਸਾਬ ਹੁੰਦਾ। ਅੱਛਾ। ਤੇ ਹੁਣ 42-43 ਸੌ ਅੱਛੇ ਰੇਟ ਦੇ ਜਿਹੜਾ ਗੁੜ ਦਾ 42-43 ਸੌ। ਅਤੇ ਤੁਸੀਂ ਗੁੜ ਕਿੱਥੇ ਲੈ ਕੇ ਜਾਂਦੇ? ਮੰਡੀ ਮੁੰਡੀ ਕਿਹੜੀ ਮੰਡੀ ਲੱਗਦੀ ਤੁਹਾਨੂੰ? ਜੜਾਂ ਵਾਲਾ ਮੰਡੀ ਜੀ। ਜੜਾਂ ਵਾਲੇ ਮੰਡੀ 'ਚ? ਠੀਕ ਹੋ ਗਿਆ। ਅਤੇ ਆਪਣਾ ਆੜਾ ਗੁੜ ਬਣਾਉਣਾ ਕਿੰਨੀ ਕੁ ਮੁਸ਼ੱਕਤ ਦਾ ਕੰਮ ਆ, ਕਿੰਨੀ ਮਿਹਨਤ ਕਰਨੀ ਪੈਂਦੀ? ਇਹ ਕਾਫੀ ਮੁਸ਼ੱਕਤ ਕਰਨੀ ਪੈਂਦੀ, 4 ਆਦਮੀ 5 ਆਦਮੀ ਨੇ ਉੱਤੇ ਲੱਗਣੇ ਪੈਂਦੇ, ਹਰ ਵਕਤ ਮੇਲ ਨਿਪਟੇ ਰਹਿੰਦੇ। ਠੀਕ ਹੋ ਗਿਆ। ਹਾਂਜੀ। ਇਕੱਲਾ ਗੁੜ ਬਣਾ ਰਹੇ ਕਿ ਸ਼ੱਕਰ ਵੀ ਨਾਲ? ਨਹੀਂ, ਇਕੱਲਾ ਗੁੜ ਬਣਾ ਰਹੇ ਹਾਂ। ਅੱਛਾ, ਤੁਸੀਂ ਇਕੱਲਾ ਗੁੜ ਹੀ ਬਣਾ ਰਹੇ? ਸ਼ੱਕਰ ਵੀ ਬਣਾ ਲਈ 633 ਦੀ। ਅੱਛਾ ਹਾਂਜੀ, ਸਹੀ। ਆ ਚੁੰਬਾ ਵਗੈਰਾ ਜੋ ਵੀ ਸਾਰਾ ਆਪ ਹੀ ਕੱਢਦੇ ਆ? ਹਾਂਜੀ, ਆਪ ਹੀ ਤਿਆਰ ਕਰੀਦਾ। ਸਹੀ। ਪਿੰਡ ਕਿਹੜਾ ਆਪਣਾ ਜੀ? 63 ਗਾਬੇ। 63 ਗਾਬੇ, ਤਹਿਸੀਲ ਜਣਾ, ਜ਼ਿਲ੍ਹਾ ਫੈਸਲਾਬਾਦ। ਜ਼ਿਲ੍ਹਾ ਫੈਸਲਾਬਾਦ। ਸਹੀ। ਆ ਕਮਾਦ ਕਮੂਦ ਛਿੱਲਣਾ ਆਪਣਾ, ਰੋਹ ਬਣਾਉਣੀ, ਉਹਦਾ ਫਿਰ ਗੁੜ ਤਿਆਰ ਕਰਨਾ? ਹਾਂਜੀ, ਪਹਿਲਾਂ ਸੁਬਾਹ ਚਾਰੇ ਵਾਸਤੇ ਮਾਂ ਛਿੱਲ ਲਈਦਾ, ਉਹ ਵੇਲਣ ਤੇ ਲਿਆਈਦਾ, ਚਾਰਾ ਜਿਹੜਾ ਆਗ ਉੱਤੇ ਲੱਥਣੇ ਉਹ ਮਾਲ ਨੂੰ ਪਾ ਲਈਦਾ। ਅੱਛਾ, ਠੀਕ। ਹਾਂਜੀ, ਸਹੀ। ਇਹ ਕਿੰਨੀ ਅਰਸੇ ਤੋਂ ਗੁੜ ਬਣਾ ਰਹੇ ਤੁਸੀਂ? ਅਸੀਂ ਕਾਫੀ ਅਰਸੇ ਤੋਂ ਬਣਾ ਰਹੇ, ਤਕਰੀਬਨ 25 ਕੁ ਸਾਲ ਤੋਂ ਬਣਾ ਰਹੇ। 25 ਕੁ ਸਾਲ ਤੋਂ। ਅੱਛਾ, ਆਪਣਾ ਗੁੜ ਜਿਹੜਾ ਵਾ ਕਿਹੜੇ ਇਲਾਕੇ ਦਾ ਗੁੜ ਬੜਾ ਮਸ਼ਹੂਰ ਆ ਜਾਂ ਮਿੱਠਾ? ਇਹ ਜੀ ਇਸਲੇ ਇੱਥੋਂ ਪੂਰੀ ਮੰਡੀ ਤਸੀ ਜੜਾਂ ਵਾਲੇ ਦਾ ਮਸ਼ਹੂਰ ਆ। ਅੱਛਾ ਅੱਛਾ, ਸਹੀ। ਚਲੋ ਜੀ, ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਆਪਣਾ ਕੀਮਤੀ ਵਕਤ 'ਚੋਂ ਟਾਈਮ ਦਿੱਤਾ। ਦੋਸਤੋ, ਅਸੀਂ ਤੁਹਾਨੂੰ ਦਿਖਾ ਰਹੇ ਸੀ ਕਿ ਗੁੜ ਨੂੰ ਕਿਵੇਂ ਤਿਆਰ ਕੀਤਾ ਜਾਂਦਾ ਵਾ ਔਰ ਸ਼ੱਕਰ ਕਿਵੇਂ ਬਣਾਈ ਜਾਂਦੀ ਆ ਔਰ ਪੰਜਾਬ ਦੇ ਵਿੱਚ ਜੜਾਂ ਵਾਲੇ ਦੇ ਵਿੱਚ ਗੰਨੇ ਦੀ ਜਿਹੜੀ ਕਾਸ਼ਤ ਵਾਸਤੇ ਕਿਹੜੀ ਨਸਲ ਬਿਹਤਰ ਆ। ਉਮੀਦ ਕਰਦੇ ਹਾਂ ਅੱਜ ਦੀ ਵੀਡੀਓ, ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਊਗਾ। ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ, ਨਵੇਂ ਪ੍ਰੋਗਰਾਮ ਦੇ ਨਾਲ। ਦੁਆਵਾਂ 'ਚ ਯਾਦ ਰੱਖਿਓ, ਜਿਉਂਦੇ ਵਾਸਤੇ ਰੋਜ਼ ਰੱਬ ਰੱਖਾ ਜੀ।